ਏਕਤਾ ਪਾਰਟੀ ਪੰਜਾਬ ਅਧਿਅਕਸ਼ ਗੁਰਮੀਤ ਲਾਲ ਬਿੱਟੂ ਨੇ ਜ਼ਿਲ੍ਹਾ ਕਪੂਰਥਲਾ ਪੁਲਿਸ ਥਾਣੇ ਵਿੱਚ ਗਰੀਬ ਵਰਗ ਦੇ ਲੋਕਾਂ ਦੇ ਝੂਠੇ ਪਰਚੇ ਦਰਜ ਕਰਨ ਅਤੇ ਥਾਣੇ ਵਿੱਚ ਆਪਣੇ ਕੰਮ ਕਰਵਾਉਣ ਦੀ ਏਵਜ਼ ਵਿੱਚ ਮੋਟੀ ਰਕਮ ਵਸੂਲਣ ਵਾਲੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਮੋਰਚਾ ਖੋਲ੍ਹ ਕੇ ਸੈਂਕੜਾ ਪਾਰਟੀ ਵਰਕਰਾਂ ਦੇ ਨਾਲ ਰੋਸ ਪ੍ਰਦਰਸ਼ਨ ਰੈਲੀ ਕੱਢ ਕੇ ਇੱਕ ਮੰਗ ਪੱਤਰ SSP ਕਪੂਰਥਲਾ ਦੇ ਨਾਮ ਦੇ ਕਾਰਵਾਈ ਦੀ ਮੰਗ ਕੀਤੀ। ਅੱਜ ਦਾ ਅਸੀਂ ਜਿਹੜਾ ਰੋਸ ਮਾਰਚ ਏਕਤਾ ਪਾਰਟੀ ਵੱਲੋਂ ਖਾਸ ਤੌਰ 'ਤੇ ਪੰਜਾਬ ਸਰਕਾਰ ਦੇ ਖਿਲਾਫ਼ ਅਤੇ ਪੰਜਾਬ ਪੁਲਿਸ ਦੇ ਖਿਲਾਫ਼ ਦਿੱਤਾ ਵਾ ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਮੈਂ ਸਮਝਦਾ ਜੋ ਪੁਲਿਸ ਪ੍ਰਸ਼ਾਸਨ ਗਰੀਬ ਲੋਕਾਂ 'ਤੇ ਧੱਕਾ ਕਰਦੀ ਪਈ ਆ, ਚਾਹੇ ਉਹ ਥਾਣੇ ਦਾ ਇੰਚਾਰਜ ਵਾ, ਚਾਹੇ ਥਾਣੇ ਇੰਚਾਰਜ ਤੋਂ ਵੱਡਾ ਡਿਪਟੀ ਆ, ਕੋਈ ਵੀ ਆ, ਉਹ ਬਗੈਰ ਪੈਸਿਆਂ ਤੋਂ ਕਿਸੇ ਦਾ ਕੰਮ ਕਰਨ ਨੂੰ ਤਿਆਰ ਨੀਗੇ ਔਰ ਝੂਠੇ ਪਰਚੇ ਜਿਹੜੇ ਸਰਕਾਰ ਦੇ ਕਹਿਣ 'ਤੇ ਲਗਾਤਾਰ ਪੁਲਿਸ ਜਿਹੜੀ ਕਰਦੀ ਆਈ ਆ ਉਹਦੇ ਸੰਬੰਧ 'ਚ ਅਸੀਂ ਅੱਜ ਮੰਗ ਦਿੱਤਾ ਮੰਗ ਪੱਤਰ DSPD ਨੂੰ ਕਿ ਜੇ ਪੁਲਿਸ ਨੇ ਜਾਂ ਪ੍ਰਸ਼ਾਸਨ ਜਾਂ ਸਰਕਾਰ ਨੇ ਛੇਤੀ ਆਪਣੇ ਆਪ ਨੂੰ ਨਾ ਸਹੀ ਕੀਤਾ, ਮੈਂ ਸਮਝਦਾ ਜਿਨ੍ਹਾਂ ਲੋਕਾਂ ਦੇ ਝੂਠੇ ਪਰਚੇ ਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ, ਉਹਨਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਇਹਨਾਂ ਸਰਕਾਰਾਂ ਦੇ ਸੜਕਾਂ ਦੇ ਉੱਪਰ ਜਾ ਕੇ ਅਸੀਂ ਮੁਜ਼ਾਹਰੇ ਵੀ ਕਰਾਂਗੇ ਔਰ ਇਹਨਾਂ ਲੋਕਾਂ ਦੇ ਪੁਤਲੇ ਵੀ ਸਾੜਾਂਗੇ, ਕਿਉਂਕਿ ਜਿਨ੍ਹਾਂ ਗਰੀਬਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਸਮਝਦਾ ਉਹਨਾਂ ਗਰੀਬਾਂ ਲੋਕਾਂ ਦੇ ਅੱਜ ਜਿਹੜੀ ਹੈ ਲਗਾਤਾਰ ਹੱਤਿਆਚਾਰ ਹੋ ਰਹੀ ਹੈ। ਕਪੂਰਥਲਾ ਤੋਂ ਸੱਜਣ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।